सत श्री अकाल, मैं डॉक्टर गौरवजीत। इस वीडियो दे विच गल करदे आं वर्खा ते हनेरी दे प्रभाव बारे, क्योंकि जिहो जिहा मौसम पिछे लंघ के गया, आ एक दो दिन बड़े काफ़ी वर्खा हुई है काफ़ी जगह दे उत्ते, ते आउण वाले समय दे विच भी कुछ क जगह ते कुछ क दिनां तक वर्खा दे हालात हैगे ने। हुण क्योंकि फाइनल स्टेजिस जिहदे च अपने कोले फर्टिलाइजेशन है, निषेचन कह दिंदे जिहनूं आपां, ते उस तों बाद राइपनिंग है, ਇਹ ਸਟੇਜਸ ਦੇ ਵਿੱਚ ਦੀ ਜਿਹੜਾ ਝੋਨਾ ਉਹ ਲੰਘ ਰਿਹਾ। ਅਤੇ ਜੇਕਰ ਹੁਣ ਵਰਖਾ ਹੁੰਦੀ ਹੈ ਜਾਂ ਹਵਾ ਚੱਲਦੀ ਹੈ ਤੇਜ਼ ਕੱਲੀ ਹਵਾ, ਅਤੇ ਜਾਂ ਵਰਖਾ ਅਤੇ ਹਨੇਰੀ ਦੋਵੇਂ ਹੀ ਚੱਲਦੀਆਂ ਨੇ, ਅਤੇ ਇਹਨਾਂ ਦਾ ਕੀ ਪ੍ਰਭਾਵ ਪਊਗਾ, ਅਤੇ ਇਸ ਬਾਬਤ ਪੰਜਾਬੀ ਦੇ ਵਿੱਚ ਵੀ ਮੈਂ ਹੱਥ ਲਿਖਤ ਕੁਛ ਅੰਕੜੇ ਇਕੱਠੇ ਕੀਤੇ ਨੇ, ਪ੍ਰਭਾਵ ਲਿਖੇ ਹੋਏ ਨੇ, ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਦੇ ਵਿੱਚ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਰਖਾ ਜਾਂ ਭਾਰੀ ਵਰਖਾ ਦੀ, ਤਾਂ ਇਹਦੇ ਵਿੱਚ ਇੱਕ ਗੱਲ ਆਪਾਂ ਪਹਿਲਾਂ ਕਲੀਅਰ ਕਰ ਲਈਏ ਕਿ ਕਿਸਮ, ਕਿਉਂਕਿ ਵੱਖ ਵੱਖ ਕਿਸਮ ਦੇ ਝੋਨੇ ਸਾਡੇ ਕੋਲ ਹੈਗੇ, ਅਤੇ ਮੁੰਜਰ ਬਾਹਰ ਨਿਕਲਣ ਤੋਂ ਬਾਅਦ ਵੱਖ ਵੱਖ ਪੜਾਵਾਂ ਦੇ ਉੱਪਰ ਹਨੇਰੀ ਦਾ ਅਤੇ ਵਰਖਾ ਦਾ ਵੱਖ ਵੱਖ ਅਸਰ ਹੋਊਗਾ। ਇਹਦੇ 'ਚ ਸਾਡੇ ਕੋਲ ਪ੍ਰਮੁੱਖ ਤੌਰ 'ਤੇ ਦੋ ਸਟੇਜਸ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਪੋਲੀਨੇਸ਼ਨ ਜਾਣੀ ਕਿ ਪਰਾਗਣ ਕਿਰਿਆ, ਜਿਸ ਦੇ ਵਿੱਚ ਪਰਾਗ ਕਣ ਸਟਿਗਮਾ ਦੇ ਉੱਪਰ ਜਾ ਕੇ ਡਿੱਗਦੇ ਨੇ, ਅਤੇ ਦੂਸਰਾ ਸਾਡੇ ਕੋਲ ਆਉਂਦਾ ਪੋਲੀਨੇਸ਼ਨ ਤੋਂ ਅਗਲੀ ਸਟੇਜ, ਯਾਨੀ ਕਿ ਪਰਾਗਣ ਤੋਂ ਅਗਲੀ ਨਿਸ਼ੇਚਨ ਵਾਲੀ ਕਿਰਿਆ, ਜਿਹਦੇ ਵਿੱਚ ਪਰਾਗ ਕਣ ਅੰਡਾਣੂਆਂ ਤੱਕ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਦਾਣੇ ਦੀ ਫੋਰਮੇਸ਼ਨ ਹੁੰਦੀ ਹੈ ਜਾਂ ਦਾਣਾ ਬਣਦਾ। ਤਾਂ ਪਹਿਲਾਂ ਤਾਂ ਹੁੰਦੀ ਹੈ ਸਾਡੇ ਕੋਲ ਪਰਾਗਣ ਕਿਰਿਆ, ਫਿਰ ਨਿਸ਼ੇਚਨ। ਤਾਂ ਇਸ ਦੌਰਾਨ ਜੇਕਰ ਵਰਖਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਪਾਈਕਲੈਟ ਹੁੰਦੀ ਹੈ, ਯਾਨੀ ਕਿ ਦਾਣਾ ਹੁੰਦਾ, ਇਸ ਤਰੀਕੇ ਨਾਲ ਆਪਾਂ ਸਮਝ ਸਕਦੇ ਹਾਂ, ਅਤੇ ਉਹਦਾ ਭੂਰਾਪਣ ਹੋ ਜਾਂਦਾ, ਬੱਲੀ ਦਾ ਭੂਰਾਪਣ ਹੋ ਜਾਂਦਾ, ਇਹ 75% ਤੱਕ ਹੋ ਸਕਦਾ। ਦੂਸਰੇ ਨੰਬਰ ਦੇ ਉੱਪਰ ਦਾਣਿਆਂ ਦੀ ਗਿਣਤੀ ਘੱਟ ਸਕਦੀ ਹੈ 10% ਤੱਕ। ਤੀਸਰੇ ਨੰਬਰ ਦੇ ਉੱਪਰ ਜਾਣੀ ਕਿ ਫੋਕ ਬਣਨਾ, ਫੋਕ ਕਿਉਂ ਬਣਦਾ, ਕਿਉਂਕਿ ਜਿਹੜੀ ਪਰਾਗਣ ਕਿਰਿਆ ਉਹ ਨਹੀਂ ਹੋ ਪਾਉਂਦੀ ਅਤੇ ਉਸ ਤੋਂ ਬਾਅਦ ਨਿਸ਼ੇਚਨ ਵੀ ਨਹੀਂ ਹੁੰਦਾ, ਅਤੇ ਜਿਹੜੇ ਇਕੱਲਾ ਫੂਸ ਸਾਡੇ ਕੋਲ ਰਹਿ ਜਾਂਦਾ ਉਸ ਦੇ ਵਿੱਚ ਦਾਣੇ ਨਹੀਂ ਭਰਦੇ। ਤਾਂ 20-50% ਤੱਕ ਜਿਹੜੇ ਦਾਣੇ ਨੇ ਉਹ ਖਾਲੀ ਰਹਿ ਸਕਦੇ ਨੇ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਬਈ ਇੱਕ ਬੱਲੀ ਦੇ ਵਿੱਚੋਂ ਜਾਂ ਇੱਕ ਮੁੰਜਰ ਦੇ ਵਿੱਚੋਂ 50% ਤੱਕ ਫੋਕ ਬਣ ਸਕਦੀ ਹੈ। ਤਾਂ ਹੁਣ ਇਹ ਨਿਸਾਰੇ ਦੀ ਪ੍ਰਤੀਸ਼ਤ ਦੇ ਉੱਪਰ ਨਿਰਭਰ ਕਰਦਾ। ਉਦਾਹਰਣ ਦੇ ਤੌਰ 'ਤੇ ਜੇ ਹਲੇ ਸਾਡੇ ਕੋਲ ਪੈਨੀਕਲ ਐਮਰਜੈਂਸ ਹੋ ਰਹੀ ਹੈ, ਯਾਨੀ ਕਿ ਜਿਹੜੀ ਮੁੰਜਰ ਉਹ ਬਾਹਰ ਨਿਕਲ ਰਹੀ ਹੈ, ਤਾਂ ਉਸ ਵੇਲੇ ਨੁਕਸਾਨ ਜ਼ਿਆਦਾ ਹੋਊਗਾ 25% ਅਤੇ ਉਸ ਤੋਂ ਘੱਟ। ਅਤੇ ਇਸ ਤਰੀਕੇ ਨਾਲ ਕਰਦੇ ਕਰਦੇ ਜੇ 100% ਨਿਸਾਰਾ ਸਾਡਾ ਹੋ ਚੁੱਕਿਆ ਅਤੇ ਉਸ ਤੋਂ ਬਾਅਦ ਭਾਰੀ ਵਰਖਾ ਹੋ ਜਾਂਦੀ ਹੈ ਜਾਂ ਮੀਂਹ ਪੈ ਜਾਂਦਾ, ਤਾਂ ਉਦੋਂ ਨੁਕਸਾਨ ਘੱਟ ਹੋਏਗਾ 50%, 25% ਅਤੇ ਮੁੰਜਰ ਬਾਹਰ ਨਿਕਲਣ ਦੇ ਸਮੇਂ ਤੋਂ। ਦੂਸਰੇ ਨੰਬਰ 'ਤੇ ਆਉਂਦੀ ਹੈ ਆਪਣੇ ਕੋਲ ਹਨੇਰੀ ਜਾਂ ਹਵਾ, ਤੇਜ਼ ਹਵਾ। ਤਾਂ ਇਹਦੇ ਵਿੱਚ ਆਪਾਂ ਪਹਿਲਾਂ ਕਥਨ ਜਿਹੜੇ ਮੈਂ ਸਪੈਸ਼ਲ ਲਿਖੇ ਨੇ, 35-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੇਕਰ ਹਵਾ ਚੱਲਦੀ ਹੈ, ਜਾਂ ਇਸ ਨੂੰ ਅਸੀਂ ਹਨੇਰੀ ਕਹਿ ਸਕਦੇ ਹਾਂ, ਤਾਂ ਇਹਦੇ ਵਿੱਚ ਫਸਲਾਂ ਟੇਢੀਆਂ ਹੋ ਸਕਦੀਆਂ ਨੇ, ਜਿਨ੍ਹਾਂ ਦੇ ਟੇਢੇ ਹੋਣ ਦਾ ਜਿਹੜਾ ਐਂਗਲ ਹੈ ਜਾਂ ਕੋਣ ਹੈ ਉਹ 5-30% ਹੋ ਸਕਦਾ। ਵਾਸ਼ਪ ਉਤਸਰਜਨ ਇਹਦੇ ਨਾਲ ਵਧੇਗਾ, ਮਤਲਬ ਟਰਾਂਸਪੀਰੇਸ਼ਨ, ਇਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ, ਜਾਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਵੀ ਪੱਤਿਆਂ ਦੇ ਵਿੱਚੋਂ ਪਾਣੀ ਦਾ ਉੱਡਣਾ ਉਹ 22-34% ਤੱਕ ਵਧੂਗਾ। ਇਸ ਤੋਂ ਇਲਾਵਾ ਜਿਹੜੀ ਹਨੇਰੀ ਹੈ ਜਾਂ ਤੇਜ਼ ਹਵਾ ਹੈ ਇਹ ਦਾਣਿਆਂ ਦੀ ਗਿਣਤੀ ਨੂੰ ਘਟਾਉਂਦੀ ਹੈ, ਇਹ ਘਾਟਾ 1-10% ਤੱਕ ਹੋ ਸਕਦਾ। ਅਤੇ ਇਹ ਗੱਲ ਵੀ ਵੱਖ ਵੱਖ ਕਿਸਮਾਂ ਦੇ ਉੱਪਰ ਨਿਰਭਰ ਕਰਦੀ ਹੈ, ਕੁਛ ਕਿਸਮਾਂ 'ਤੇ ਇਹ ਘਾਟਾ 1% ਅਤੇ ਕੁਛ ਕਿਸਮਾਂ 'ਤੇ ਇਹ ਘਾਟਾ 10% ਵੀ ਹੋ ਸਕਦਾ। ਅਗਲਾ ਬਿੰਦੂ ਆਪਣੇ ਕੋਲ ਹੈ ਭਰੇ ਦਾਣਿਆਂ ਦੀ ਗਿਣਤੀ ਘਟਣਾ, ਯਾਨੀ ਕਿ ਨਪੁੰਸਕਤਾ, ਉਹੀ ਚੀਜ਼ ਜਿਹਦੇ 'ਚ ਪੋਲੀਨੇਸ਼ਨ ਫੇਲੀਅਰ ਹੋ ਸਕਦਾ, ਜਾਂ ਫਰਟੀਲਾਈਜੇਸ਼ਨ ਤਾਂ ਉਸ ਤੋਂ ਬਾਅਦ ਹੋਣੀ ਨਹੀਂ, ਉਹ ਫੇਲੀਅਰ ਹੈ ਸਾਡੇ ਕੋਲ, ਜਾਂ ਫੋਕ ਬਣਨਾ, ਤਾਂ 22-54% ਤੱਕ ਫੋਕ ਬਣ ਸਕਦੀ ਹੈ ਜੇਕਰ ਤੇਜ਼ ਹਵਾਵਾਂ ਜਾਂ ਹਨੇਰੀ ਚੱਲਦੀ ਹੈ। ਅਤੇ ਇਹ ਵੀ ਕਿਸਮ 'ਤੇ ਨਿਰਭਰ ਕਰਦਾ। ਅਗਲੀ ਗੱਲ ਆ ਗਈ ਆਪਣੇ ਕੋਲ ਭਰੇ ਹੋਏ ਦਾਣਿਆਂ ਦਾ ਡਿੱਗਣਾ, ਜਿਹਨੂੰ ਗ੍ਰੇਨ ਡਰੋਪ ਵੀ ਕਹਿ ਦਿੰਦੇ ਹਾਂ, ਯਾਨੀ ਕਿ ਮੁੰਜਰ ਬਣ ਗਈ, ਸਾਰਾ ਦਾਣਾ ਉਹਦੇ 'ਚ ਭਰ ਗਿਆ, ਅਤੇ ਉਸ ਤੋਂ ਬਾਅਦ ਹਨੇਰੀ ਨਾਲ ਦਾਣਿਆਂ ਦਾ ਆਪਸ ਦੇ ਵਿੱਚ ਟਕਰਾ ਕੇ ਟੁੱਟਣਾ ਅਤੇ ਡਿੱਗਣਾ। ਤਾਂ ਇਹਦੇ ਵਿੱਚ 10-15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਲੈ ਕੇ 20-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ 7-30 ਦਾਣੇ ਪ੍ਰਤੀ ਮੁੰਜਰ ਡਿੱਗ ਸਕਦੇ ਨੇ। ਮਤਲਬ ਜੇ ਬਹੁਤ ਘੱਟ ਸਪੀਡ ਹੈ, 10-15 ਕਿਲੋਮੀਟਰ ਦੀ ਸਪੀਡ ਹੈ,
ਤਾਂ ਲਗਭਗ 7 ਦੇ ਕਰੀਬ ਦਾਣੇ ਡਿੱਗਣਗੇ ਅਤੇ ਜੇ ਜ਼ਿਆਦਾ ਸਪੀਡ ਹੈ ਤਾਂ 30 ਦਾਣਿਆਂ ਤੱਕ ਇੱਕ ਮੰਜ਼ਰ ਦੇ ਵਿੱਚੋਂ ਡਿੱਗ ਸਕਦੇ ਨੇ। ਤੇਜ਼ ਹਵਾਵਾਂ ਅਤੇ ਹਨੇਰੀ ਇਹ ਦਾਣਿਆਂ ਦੇ ਵਜ਼ਨ ਦੇ ਉੱਪਰ ਵੀ ਪ੍ਰਭਾਵ ਪਾਉਂਦੀਆਂ ਨੇ। ਕਿਸਮ 'ਤੇ ਨਿਰਭਰ ਕਰਦਾ, ਕੁਛ ਕਿਸਮਾਂ ਦੇ ਵਿੱਚ ਇਹ ਬਹੁਤ ਘੱਟ ਪਰੰਤੂ ਕੁਛ ਕਿਸਮਾਂ ਦੇ ਵਿੱਚ ਇਹ 19% ਤੱਕ ਦਾਣਿਆਂ ਦਾ ਵਜ਼ਨ ਘੱਟ ਕਰ ਸਕਦੀਆਂ ਨੇ। ਅਗਲੀ ਚੀਜ਼ ਆਉਂਦੀ ਹੈ ਇਹਦੇ 'ਚ ਭਾਰੀ ਅਤੇ ਲੰਮੀਆਂ ਮੁੰਜਰਾਂ, ਜਿਹੜੀ ਕਿਸਮ ਦੀਆਂ ਹੋਣਗੀਆਂ ਉਹਨਾਂ 'ਤੇ ਹਨੇਰੀ ਦਾ ਜ਼ਿਆਦਾ ਪ੍ਰਭਾਵ ਪਊਗਾ, ਜਾਣੀ ਕਿ ਨੁਕਸਾਨ ਉੱਥੇ ਜ਼ਿਆਦਾ ਹੋਊਗਾ। ਜਿਹੜੀ ਕਿਸਮ ਦੀਆਂ ਬੱਲੀਆਂ ਜਾਂ ਮੁੰਜਰਾਂ ਛੋਟੀਆਂ ਨੇ ਅਤੇ ਹਲਕੀਆਂ ਨੇ ਉਹਨਾਂ ਦੇ ਉੱਪਰ ਹਨੇਰੀ ਦਾ ਪ੍ਰਭਾਵ ਘੱਟ ਹੈ। ਅਤੇ ਇਸ ਤੋਂ ਇਲਾਵਾ ਵਰਖਾ ਅਤੇ ਹਨੇਰੀ ਜੇ ਦੋਵੇਂ ਇਕੱਠੇ ਆਉਂਦੇ ਨੇ, ਵੀ ਮੀਂਹ ਵੀ ਪੈ ਰਿਹਾ ਅਤੇ ਉਹਦੇ 'ਚ ਹਨੇਰੀ ਵੀ ਵਗ ਰਹੀ ਹੈ, ਤਾਂ ਉਪਰੋਕਤ ਜਿੰਨੇ ਆਪਣੇ ਪ੍ਰਭਾਵ ਦੱਸੇ ਨੇ ਪਹਿਲਾਂ, ਇਹ ਸਾਰਿਆਂ ਦੇ ਵਿੱਚ ਵਾਧਾ ਹੁੰਦਾ ਹੈ। ਇਹਦੇ ਨਾਲ ਜਿਹੜਾ ਝਾੜ ਹੈ ਉਹਦੇ ਵਿੱਚ ਕਮੀ ਆਉਂਦੀ ਹੈ। ਅਤੇ ਜੇਕਰ ਵਰਖਾ ਦੇ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਦੀ ਹੈ ਤਾਂ ਇਹ ਨੁਕਸਾਨ 75% ਤੱਕ ਹੋ ਸਕਦਾ ਹੈ। ਤਾਂ ਇੱਥੇ ਆਪਾਂ ਦੁਬਾਰੇ ਫਿਰ ਉਹੀ ਗੱਲ ਕਰਦੇ ਹਾਂ, ਬਈ ਇਹ ਕਿਸਮ ਅਤੇ ਇਸ ਦੇ ਨਾਲ ਹੀ ਫੁੱਲ ਪੈਣ ਦੇ ਪੜਾਅ ਜਿਹੜੇ ਹੈਗੇ, ਫਰਟੀਲਾਈਜੇਸ਼ਨ ਦੇ ਪੜਾਅ ਨੇ, ਉਸ ਤੋਂ ਪਹਿਲਾਂ ਪਰਾਗਣ ਕਿਰਿਆ ਹੈ, ਇਹਨਾਂ ਦੋਵਾਂ ਦੇ ਉੱਪਰ ਨਿਰਭਰ ਕਰਦਾ ਅਤੇ ਕਿਸਮ ਦੇ ਉੱਪਰ ਨਿਰਭਰ ਕਰਦਾ ਕਿ ਨੁਕਸਾਨ ਜਿਹੜਾ ਉਹ ਕਿੰਨਾ ਹੋਊਗਾ। ਇਹ ਸਾਰੀ ਖੋਜ ਲਈ ਹਰਡਾਟਾ ਅਗਸਟਾ, ਐਡੀ ਸੰਤੋਸਾ, ਦੁਲਬਾਰੀ, ਦਵੀ ਗੁੰਟੋਰੋ ਐਂਡ ਸੋਫੀਅਨ ਜ਼ਮਾਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸ ਦੇ ਨਾਲ ਹੀ ਇੰਡੋਨੇਸ਼ੀਅਨ ਗਵਰਨਮੈਂਟ, ਦੀ ਮਿਨਿਸਟਰੀ ਆਫ ਰਿਸਰਚ ਟੈਕਨੋਲੋਜੀ ਐਂਡ ਹਾਇਰ ਐਜੂਕੇਸ਼ਨ, ਇਹਨਾਂ ਸਾਰਿਆਂ ਦਾ ਅਤੇ ਤੁਹਾਡਾ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।